ਮਿੱਟੀ 'ਚ ਮਿੱਟੀ ਹੋ ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਇੱਕ ਕਿਸਾਨ ਫਸਲ ਪੈਦਾ ਕਰਦਾ ਹੈ। ਮਿਹਨਤ ਦੇ ਨਾਲ ਪਾਲਿਆ ਉਹ ਸੋਨਾ ਜਦੋਂ ਤਿਆਰ ਹੋ ਜਾਂਦਾ ਹੈ ਤਾਂ ਉਸ ਉੱਤੇ ਕਦੇ ਕੁਦਰਤ ਕਹਿਰ ਢਾਉਂਦੀ ਹੈ ਅਤੇ ਕਦੇ ਸਰਕਾਰੀ ਨੀਤੀਆਂ। ਆਪਣੀ ਫਸਲ ਦਾ ਸਹੀ ਮੁੱਲ ਲੈਣ ਲਈ ਕਿਸਾਨ ਨੂੰ ਮੰਡੀਆਂ 'ਚ ਰੁਲਣਾ ਪੈਂਦਾ ਹੈ। ਇੰਨਾ ਕੁਝ ਝੱਲਣ ਦੇ ਬਾਵਜੂਦ ਕਿਸਾਨ ਦੇ ਹੱਥ ਅੱਜ ਫਿਰ ਖਾਲੀ ਦੇ ਖਾਲੀ ਨੇ। ਦੂਜੇ ਦੇ ਭੜੋਲੇ ਦਾਣੇ ਪਾਉਣ ਵਾਲਾ ਕਿਸਾਨ ਅੱਜ ਖੁਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੈ।